ਸਿੱਧੂ ਮੂਸੇਵਾਲੇ ਦੇ ਯਾਰ ਰਹਿ ਚੁੱਕੇ ਮਨਜਿੰਦਰ ਮੱਖਾ ਨੇ ਸਿੱਧੂ ਮੂਸੇਵਾਲੇ ਦੇ ਜੀਵਨ ਤੇ ਇੱਕ ਕਿਤਾਬ ਲਿਖੀ ਹੈ ਜਿਸ ਦਾ ਨਾਮ ਦ ਰੀਅਲ ਰੀਜ਼ਨ ਵਾਈ ਲੈਜ਼ਨ ਡਾਈਡ ਰੱਖਿਆ ਹੋਇਆ ਹੈ। ਇਸ ਕਿਤਾਬ ਨੂੰ ਲੈ ਕੇ ਮਨਜਿੰਦਰ ਮੱਖਾ ਵੱਲੋਂ ਕਾਫੀ ਇੰਟਰਵਿਊ ਕੀਤੀਆਂ ਜਾ ਰਹੀਆਂ ਹਨ ਤੇ ਹਾਲ ਹੀ ਵਿੱਚ ਸਿਮਰਜੋਤ ਮੱਕੜ ਨਾਲ ਹੋਈ ਆਪਣੀ ਇੰਟਰਵਿਊ ਵਿੱਚ ਮਨਜਿੰਦਰ ਮੱਖਾ ਨੇ ਸਿੱਧੂ ਮੂਸੇਵਾਲਾ ਨਾਲ ਕੰਮ ਕਰ ਚੁੱਕੇ ਰੈਪਰ ਨਸੀਬ ਬਾਰੇ ਕੁਝ ਅਜਿਹਾ ਕਹਿ ਦਿੱਤਾ ਜੋ ਨਸੀਬ ਨੂੰ ਚੰਗਾ ਨਹੀਂ ਲੱਗਿਆ ਤੇ ਉਸਨੇ ਲਾਈਵ ਆ ਕੇ ਮਨਜਿੰਦਰ ਮੱਖਾ ਨੂੰ ਕੀ ਕੁਝ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ। ਕੀ ਹਾਲ ਚਾਲ ਆ, ਕੀ ਹਾਲ ਚਾਲ ਆ ਬਈ, ਸਾਰਿਆਂ ਦਾ ਸਾਰੇ ਠੀਕ ਹੋ? ਕੀ ਹਾਲ ਆ ਮਨਜਿੰਦਰ ਮੱਖਾ ਬਾਈ, ਤੁਹਾਡੀ ਇੰਟਰਵਿਊ ਦੇਖੀ ਮੈਂ ਤੁਹਾਨੂੰ ਸਵੇਰ ਦਾ ਮੈਸੇਜ ਵੀ ਕੀਤਾ ਹੋਇਆ, ਤੁਸੀਂ ਮੇਰਾ ਰਿਪਲਾਈ ਨਹੀਂ ਕੀਤਾ। ਬਾਈ ਤੁਸੀਂ ਕਹਿ ਰਹੇ ਹੋ ਕਿ ਕਿਸੇ ਨੇ ਮੈਨੂੰ ਪੈਸੇ ਦਿੱਤੇ ਕੰਮ ਕਰਨ ਵਾਸਤੇ, ਹੈ ਨਾ, ਬਈ ਵਰਸ ਕਰਦੇ ਤਾਂ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ, $2 ਮੇਰੇ ਅਕਾਊਂਟ 'ਚ ਦਿਖਾ ਦਿਓ, ਮੈਂ ਰੈਪ ਛੱਡ ਦੂੰ ਬਾਈ। ਅਤੇ ਖੁਦ ਸਿੱਧੂ ਦੇ ਫਾਦਰ ਸਾਹਿਬ ਬਾਈ ਤੁਹਾਡੇ 'ਤੇ ਕੇਸ ਠੋਕੀ ਜਾਂਦੇ ਆ, ਤਾਂ ਤੁਹਾਡੇ ਨਾਲ ਤਾਂ ਧੋਬੀ ਦੇ ਕੁੱਤੇ ਵਾਲੀ ਹੋਈ ਆ, ਨਾ ਘਰਦਾ ਨਾ ਘਾਟਦਾ, ਉਹੀ ਥਾਂ ਥਾਂ 'ਤੇ ਜਾ ਕੇ ਮੂੰਹ ਮਰੀ ਜਾਂਦੇ ਹੋ ਬਾਈ, ਤੁਹਾਨੂੰ ਪਤਾ ਕੁਛ ਹੈ ਨਹੀਂ। ਮੇਰੀ ਗੱਡੀ ਦੇ ਵਿੱਚ, ਇਸੀ ਸੇਮ ਗੱਡੀ ਦੇ ਵਿੱਚ ਸਿੱਧੂ, ਮੈਂ ਅਤੇ ਮੇਰੇ 2 ਫਰੈਂਡਾਂ ਨੇ ਅਸੀਂ ਬੈਠ ਕੇ ਸਾਰੀ ਗੱਲ ਕੀਤੀ, ਸਾਡੀ ਬੰਦ ਗੱਡੀ 'ਚ ਸਾਰੀ ਗੱਲ ਹੋਈ ਆ, ਮੇਰੇ ਸ਼ਹਿਰ 'ਚ ਗੱਲ ਹੋਈ ਆ, ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਉਹ ਤਾਂ ਸਿੱਧੂ ਤੁਹਾਨੂੰ ਜਾਣਦਾ ਵੀ ਨਹੀਂ ਸੀ। ਨਾਲੇ ਜਦੋਂ ਆਹੀ ਚੀਜ਼ ਮੈਂ ਪਿਛਲੇ ਸਾਲ ਬੋਲੀ ਸੀਗੀ, ਆਹ ਮੱਖਾ ਕਿੱਥੇ ਸੀ ਉਦੋਂ? ਹਾਂ ਕਿੱਥੇ ਸੀਗਾ ਉਦੋਂ ਇਹ ਮੱਖਾ? ਚੱਕ ਕੇ ਸਾਲਾ ਮੂੰਹ ਥਾਂ ਥਾਂ 'ਤੇ ਜਾ ਕੇ ਬੋਲੀ ਜਾਂਦਾ, ਇਹਨੂੰ ਪਤਾ ਨਸੀਬ ਬਾਰੇ? ਨਾ ਤੇਰੀ ਸਿੱਧੂ ਦੀ ਫੈਮਿਲੀ ਤੇਰੀ ਸਪੋਰਟ ਕਰ ਰਹੀ ਹੈ, ਸਿਆਣੇ ਬੰਦੇ ਵੀ ਨਹੀਂ ਸਪੋਰਟ ਕਰ ਰਹੇ, ਕਿਉਂਕਿ ਤੂੰ ਉਦੋਂ ਤੀਕਰ ਉਹਦੇ ਨਾਲ ਰਿਹਾ ਬੰਦੇ ਨਾਲ, ਜਿਵੇਂ ਸਾਰੇ ਬੰਦਿਆਂ ਨਹੀਂ ਕੀਤੀ, ਉਦੋਂ ਤੀਕਰ ਉਹਦੇ ਨਾਲ ਰਿਹਾ, ਜਦੋਂ ਤੈਨੂੰ ਤੇਰਾ ਦਾਅ ਸੂਤ ਲੱਗਣ ਲੱਗਿਆ ਉਦੋਂ ਤੂੰ ਉੱਠ ਕੇ ਬੋਲਣ ਲੱਗ ਗਿਆ, ਹੈ ਨਾ, ਬਹੁਤ ਤੇਰੇ ਦਿਲ 'ਚ ਹੇਜ ਹੈ। ਸਾਲੇ ਲੈਜੈਂਡ ਦੀ ਸਪੈਲਿੰਗ ਤੈਨੂੰ ਸਿੱਧੀ ਆਉਂਦੀ ਨਹੀਂ, ਨਸੀਬ ਦਾ ਨਾਂ ਉਹਦੇ ਮੂੰਹ 'ਚੋਂ ਬਾਹਰ ਰੱਖ। ਦੂਜੀ ਚੀਜ਼ ਸਿਮਰਜੀਤ ਮੱਕੜ, ਤੁਹਾਨੂੰ ਸ਼ਰਮ ਕਰਨੀ ਚਾਹੀਦੀ ਹੈ, ਤੁਸੀਂ ਬਹੁਤ ਸਿਆਣੇ ਹੋ, ਤੁਹਾਡੀ ਬਹੁਤ ਰਿਸਪੈਕਟ ਕਰਦੇ ਆ ਲੋਕੀ, ਤੁਹਾਡੇ ਦੇ ਵੀ ਕੁਸ਼ਚਨ ਬਹੁਤ ਚੱਕਦੇ ਆ। ਚੱਜ ਦੇ ਪੋਡਕਾਸਟ ਕਰਿਆ ਕਰੋ, ਰੈਦਰ ਦੇ ਨਾ ਇਹੋ ਜਿਹੀਆਂ ਚੀਜ਼ਾਂ ਕਰਨ ਨਾਲੋਂ। ਬਈ ਮਨਮਟਾ ਸਾਰਿਆਂ 'ਚ ਹੁੰਦੇ ਆ। ਮੈਂ ਤਾਂ ਆਪਦਾ ਮਨਮਟਾ ਦੱਸਿਆ ਵੀ ਜੱਗ ਜ਼ਾਹਰ ਕੀਤਾ, ਕੌਨਸੀਕੁਐਂਸਿਸ ਦੇਖੇ, ਲੋਕਾਂ ਤੋਂ ਕਿੰਨਾ ਕੁਛ ਸੁਣਿਆ, ਸੁਣੀ ਜਾਂਦਾ ਮੈਂ। ਆਈ ਕੈਪਟ ਇਟ ਰੀਅਲ, ਮੈਂ ਤਾਂ ਜਮਾਂ ਸੱਚਾ ਰਿਹਾ, ਅੜਿਆ ਵੀ ਲੜਿਆ ਵੀ, ਕਲੋਜ਼ਡ ਦੇ ਵਿੱਚੋਂ ਸਟਾਰਟ ਕੀਤਾ, ਵਿਦਆਊਟ ਕਿਸੇ ਤੋਂ 1 ਰੁਪਈਆ ਲਏ। ਸਿੱਧੂ ਮੇਰੇ ਕੋਲ ਆਇਆ, ਸਿੱਧੂ ਨੇ ਮੈਨੂੰ ਓਪਰਚੁਨਿਟੀ ਦਿੱਤੀ, ਮੈਂ ਸਿੱਧੂ ਦੀ ਓਪਰਚੁਨਿਟੀ 'ਤੇ ਕੰਮ ਕੀਤਾ, ਪਰ ਮੈਂ ਆਪਦੇ ਗਾਣੇ ਬੰਦ ਕੀਤੇ, ਆਪਦਾ ਪੇਜ ਡਿਲੀਟ ਕੀਤਾ, ਮੇਰੇ ਪੇਜ 'ਤੇ ਗਾਣੇ ਆਉਂਦੇ ਰਹੇ। ਇਟ ਮੀਨਸ ਮੈਨੂੰ ਕਿਸੇ ਨੇ ਬਿਲਟ ਨਹੀਂ ਕੀਤਾ, ਮੈਂ ਖੁਦ ਆਪਦੇ ਦਮ 'ਤੇ ਬਿਲਟ ਹੋਇਆ ਵਾਂ। ਮੈਨੂੰ ਲੋਕਾਂ ਨੇ ਐਕਸਪੀਰੀਅੰਸ ਦਿੱਤੇ ਜਿਹੜੇ ਸਿੱਖ ਕੇ ਮੈਂ ਹੋਰ ਵਧੀਆ ਬਣਿਆ ਆਪਦੇ ਕੰਮ 'ਚ, ਲੋਕਾਂ ਨੇ ਮੈਨੂੰ ਐਕਸਪੀਰੀਅੰਸ ਦਿੱਤੇ, ਇੱਥੋਂ ਮੈਂ ਕਹਿੰਦਾ ਉਹਨਾਂ ਨੇ ਮੇਰੀ ਹੈਲਪ ਕੀਤੀ, ਹੋਰ ਮੈਨੂੰ ਕਿਸੇ ਨੇ ਨਹੀਂ ਬਣਾਇਆ।